ਸੋਨਾਕਸ਼ੀ ਸਿਨਹਾ ਦੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਜ਼ਦੀਕ ਚੱਲ ਰਹੀ ਹੈ, ਜਿਸ ਕਰਕੇ ਸਥਾਨਕ ਦੁਕਾਨਦਾਰਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ 12 ਵਜੇ ਤੋਂ ਪਹਿਲਾਂ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੀ ਆਗਿਆ ਨਹੀਂ ਸੀ। ਇਸ ਮੌਕੇ 'ਤੇ ਵੱਖ ਵੱਖ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ। ਸਰ, ਦੁਕਾਨ ਅੱਜ 11 ਵਜੇ ਖੁੱਲ੍ਹ ਗਈ ਹੈ, ਪਰੇਸ਼ਾਨੀ ਬੜੀ ਹੈ, ਰਸ਼ ਬਹੁਤ ਜ਼ਿਆਦਾ ਹੈਗਾ। ਕਿਉਂ ਰਸ਼? ਸ਼ੂਟਿੰਗ ਹੋ ਰਹੀ ਹੈ ਫਿਲਮ ਦੀ ਸਰ। ਸਰ, ਨੁਕਸਾਨ ਇਹ ਹੈ ਕਿ ਸਾਡਾ ਸਮਾਨ ਡਿੱਗੀ ਜਾਂਦਾ, ਰਿਕਸ਼ੇ ਜਾ ਰਹੇ ਆ, ਠੇਲੇ ਜਾ ਰਹੇ ਆ, ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ, ਜਿਨ੍ਹਾਂ ਨੇ ਡਿਊਟੀ ਟਾਈਮ ਜਾਣਾ, ਸਕੂਟਰ ਦਾ ਜਾਮ ਲੱਗਾ। ਹਾਂਜੀ, ਰਸਤਾ ਬਲੋਕ ਕਰ ਰਹੇ ਹੋ? ਸਵੇਰ ਤੋਂ ਲੈ ਕੇ ਹੁਣ ਤੱਕ ਬਲੋਕ ਸਾਰਾ ਕੀਤਾ ਹੈ, ਸਾਡੀ ਰੋਟੀ ਖਰਾਬ ਹੋ ਗਈ ਹੈ। ਅਸੀਂ ਤਾਜ਼ੀ ਕਮਾਉਂਦੇ ਹਾਂ, ਤਾਜ਼ੀ ਖਾਂਦੇ ਹਾਂ, ਸਾਡਾ ਜੀਣਾ ਆਰਾਮ ਕੀਤਾ। ਇਹੋ ਸ਼ੂਟਿੰਗ ਨੂੰ ਕੀ ਕਰਨਾ ਹੈਗਾ? ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ, ਇਹ ਫਿਲਮ ਹੋਣੀ ਇੱਥੇ ਹੋਣੀ ਚਾਹੀਦੀ, ਕੋਈ ਸ਼ੂਟਿੰਗ ਨਹੀਂ ਹੋਣੀ ਚਾਹੀਦੀ ਹੈਗੀ। ਅੱਜ ਮੱਸੇ ਹੈਗੀ, ਯਾਤਰੂ ਆ ਰਹੇ ਆ, ਸਾਡੀ ਰੋਜ਼ੀ ਰੋਟੀ ਹੈਗੀ ਆ, ਰੋਜ਼ੀ ਰੋਟੀ ਖਰਾਬ ਹੋ ਗਈ। ਅਕਾਲ ਤਖ਼ਤ ਦੇ ਲਾਗੇ ਮਾਈ ਸੇਵਾ ਬਾਜ਼ਾਰ, ਗੁਰੂ ਬਾਜ਼ਾਰ, ਐਸਾ ਕੋਈ ਕੁਛ ਰਹਿ ਨਹੀਂ ਸਕਦਾ। ਮੇਰੇ ਕੋ ਆਪ ਬਤਾ ਦੀਜੀਏ, ਕਿਸ ਨੇ ਕਹਾ ਐਸਾ ਕੁਛ ਹੋ ਹੀ ਨਹੀਂ ਸਕਦਾ? ਕੁਛ ਨਹੀਂ ਹੋ ਸਕਦਾ ਸਰ, ਐਸਾ ਕੁਛ। ਠੀਕ ਹੈ, ਮੇਰੇ ਕੋ ਦਿਖਾ ਦੀਜੀਏ, ਕਿਸੇ ਨੇ ਬੋਲਾ ਤਾਂ ਮੈਂ ਬਤਾ ਦਿੱਤੀ। ਠੀਕ ਹੈ, ਹਾਂਜੀ, ਆਪਕੇ ਇਨਕੇ ਇਨਕੇ ਲੀਡਰਸ ਨੇ ਹਮਾਰੀ ਦੁਕਾਨੇ ਖੁਲਵਾਈ ਹੈ, ਹਮਨੇ ਆਪਨੇ ਆਪ ਆਕੇ ਕੋਈ 6 ਵਜੇ ਤੱਕ ਦੁਕਾਨੇ ਨਹੀਂ ਖੁਲਾਈ, ਜੋ ਇਨਕਾ ਪ੍ਰਧਾਨ ਹੈ ਵਹੀ ਥੇ ਹਮਾਰੇ ਸਾਥ। ਮੇਰੇ ਕੋ ਨਹੀਂ ਪਤਾ, ਪਤਾ ਕਰ ਸਕਦੇ? ਸ਼ਰਧਾਲੂਆਂ ਦਾ ਕਹਿਣਾ ਹੈ ਕਿ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਹਨ, ਲੇਕਿਨ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਅਤੇ ਸਾਰੇ ਰਸਤੇ ਬੰਦ ਕੀਤੇ ਹਨ। ਜੁਆਇੰਟ ਕਮਿਸ਼ਨਰ ਨਿਤੇਸ਼ ਸਹਿਗਲ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਗੱਲ ਦੀ ਕੋਈ ਵੀ ਜਾਣਕਾਰੀ ਨਹੀਂ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਜ਼ਦੀਕ ਸ਼ੂਟਿੰਗ ਚੱਲ ਰਹੀ ਹੈ। ਪਰਮਿਸ਼ਨ ਉਹ ਦਿੰਦੇ ਹਨ, ਲੇਕਿਨ ਇਸ ਫਿਲਮ ਦੁਆਰਾ ਕੋਈ ਵੀ ਪਰਮਿਸ਼ਨ ਨਹੀਂ ਲਈ ਗਈ। ਇਸ ਮਾਮਲੇ ਦੀ ਉਹ ਕਾਰਵਾਈ ਕਰਨਗੇ। ਦੇਖੋ, ਜਿਹੜੀ ਇਹ ਫਿਲਮ ਦੀ ਤੁਸੀਂ ਮੈਨੂੰ ਦੱਸਿਆ ਹੈਗਾ, ਏ ਬੀ ਸੀ ਫਿਲਮ ਦੀ ਕੋਈ ਸ਼ੂਟਿੰਗ ਚੱਲ ਰਹੀ ਹੈ ਪਿਛਲੇ 10 ਕੁ ਦਿਨਾਂ ਤੋਂ, ਤੁਸੀਂ ਹੀ ਮੈਨੂੰ ਦੱਸਿਆ ਕਿ 10 ਦਿਨਾਂ ਤੋਂ ਫਿਲਮ ਦੀ ਸ਼ੂਟਿੰਗ ਚੱਲਦੀ ਪਈ ਹੈ, ਅਤੇ ਇਸ ਸੰਬੰਧ ਦੇ ਵਿੱਚ ਜਿਹੜੀ ਕੋਈ ਪਰਮਿਸ਼ਨ ਰਿਕੁਆਇਰਡ ਪਰਮਿਸ਼ਨ ਹੈਗੀ ਆ, ਉਹ ਮੇਰੇ ਆਫਿਸ ਦੇ ਵਿੱਚ ਕੋਈ ਪਰਮਿਸ਼ਨ ਨਹੀਂ ਆਈ ਹੈਗੀ। ਇਸ ਉਹਨਾਂ ਨੂੰ ਕਿਹਾ ਗਿਆ ਕਿ ਆਪਾਂ ਪਰਮਿਸ਼ਨ ਲੈ ਕੇ ਅਤੇ ਫਿਰ ਹੀ ਸ਼ੁਰੂ ਕਰਦੇ ਪਏ, ਅਤੇ ਦੁਕਾਨਦਾਰ ਜਿਹੜੇ ਆਲੇ ਵਾਲੇ ਉਹ ਪਰੇਸ਼ਾਨ ਨੇ ਕਾਫੀ, ਅਤੇ ਉਹਨਾਂ ਦੇ ਬਾਰੇ ਫਿਰ ਕੀ ਕੀਤਾ ਜਾਵੇ? ਦੇਖੋ, ਇਹ ਤੁਸੀਂ ਮੇਰੇ ਧਿਆਨ 'ਚ ਇਹ ਗੱਲ ਲਿਆਉਂਦੀ ਹੈਗੀ ਹੈ, ਜੇ ਇਸ ਤਰੀਕੇ ਦੀ ਕੋਈ ਕੰਪਲੇਂਟ ਮੈਨੂੰ ਪਹਿਲਾਂ ਨਹੀਂ ਆਈ ਹੈਗੀ, ਸਾਡੇ ਦਫ਼ਤਰ ਨੂੰ ਮੈਨੂੰ ਕੋਈ ਕੰਪਲੇਂਟ ਨਹੀਂ ਆਈ ਹੈਗੀ। ਜੇ ਕੁਛ ਇੱਦਾਂ ਹੈਗਾ ਕਿ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ, ਵੈਸੇ ਵੀ ਜਦੋਂ ਅਸੀਂ ਕੋਈ ਪਰਮਿਸ਼ਨ ਦਿੰਦੇ ਹੈਗੇ ਹਾਂ ਤਾਂ ਉਹਦੇ ਵਿੱਚ ਸਪਸ਼ਟ ਤੌਰ 'ਤੇ ਲਿਖਿਆ ਜਾਂਦਾ ਹੈਗਾ ਕਿ ਕੋਈ ਵੀ ਟ੍ਰੈਫਿਕ ਡਿਸਰਪਸ਼ਨ ਜਾਂ ਕਿਸੇ ਵੀ ਲੋਕਾਂ ਨੂੰ ਕੋਈ ਵੀ ਇਨਕਨਵੀਨੀਅੰਸ ਨਹੀਂ ਕੀਤੀ ਜਾਊਗੀ। ਜੇ ਇਸ ਤਰੀਕੇ ਦੀ ਕੋਈ ਗੱਲ ਹੈਗੀ ਹੈ, ਸਭ ਤੋਂ ਪਹਿਲਾਂ ਤਾਂ ਅਸੀਂ ਇਹ ਚੈੱਕ ਕਰਾਂਗੇ ਕਿ ਕੀ ਉਹਨਾਂ ਨੇ ਪਰਮਿਸ਼ਨ ਲਿੱਤੀ ਹੈਗੀ ਹੈ, ਕਿਉਂਕਿ ਮੇਰੇ ਦਫ਼ਤਰ ਦੇ ਥਰੂ ਨਹੀਂ ਨਿਕਲੀ। ਕਈ ਵਾਰੀ ਇਹ ਹੁੰਦਾ ਹੈਗਾ ਕਿ ਮੈਂ ਦਫ਼ਤਰ ਦੇ ਵਿੱਚ ਨਹੀਂ ਹੁੰਦਾ ਹੈਗਾ ਜਾਂ ਕੋਈ ਮੀਟਿੰਗ ਚੰਡੀਗੜ੍ਹ ਗਏ ਹਾਂ ਜਾਂ ਬਾਹਰ ਗਏ ਹੈਗੇ ਹਾਂ, ਤਾਂ ਡਾਇਰੈਕਟਲੀ ਮੈਮ ਤੋਂ ਪਰਮਿਸ਼ਨ ਲੈ ਲਿੱਤੀ ਜਾਂਦੀ ਹੈ। ਵੈਸੇ ਸਾਰੀਆਂ ਪਰਮਿਸ਼ਨਸ ਮੇਰੇ ਥਰੂ ਰੂਟ ਹੁੰਦੀਆਂ ਨੇ, ਅਤੇ ਸਭ ਤੋਂ ਪਹਿਲਾਂ ਇਹ ਸਟੇਟ ਅਫਸਰ ਨੂੰ ਬੁਲਾ ਕੇ ਚੈੱਕ ਕੀਤਾ ਜਾਊਗਾ, ਅਤੇ ਦੂਜਾ ਜੇ ਉਹਨਾਂ ਵੱਲੋਂ ਕੋਈ ਅਨਧਿਕਾਰੀ ਤੌਰ 'ਤੇ ਕੋਈ ਟ੍ਰੈਫਿਕ ਡਿਸਰਪਸ਼ਨ ਕੀਤੀ ਹੋਈ ਹੈ ਤਾਂ ਉਸ ਸੰਬੰਧ ਦੇ ਵਿੱਚ ਪੁਲਿਸ ਨੂੰ ਵੀ ਦੱਸਿਆ ਜਾਊਗਾ ਅਤੇ ਜਿਹੜੀ ਬਣਦੀ ਕਾਰਵਾਈ ਹੈਗੀ ਉਹ ਕੀਤੀ ਜਾਊਗੀ।